ਫਾਇਰ ਵੀ ਹੋਏ ਨੇ, ਕਈ ਕਿਸਾਨ ਜ਼ਖਮੀ ਵੀ ਹੋਏ ਨੇ। ਉੱਥੇ ਹੀ ਕਈ ਨੌਜਵਾਨ ਐਸੇ ਵੀ ਨੇ ਪੰਜਾਬ ਦੇ ਵਿੱਚ ਜਿਹੜੇ ਕਿ ਇੱਥੇ ਡਾਕਟਰ ਨੇ, ਜਿਹੜੇ ਪੰਜਾਬ ਦੇ, ਉਹ ਇੱਥੇ ਪਹੁੰਚੇ ਨੇ ਕਿਸਾਨਾਂ ਦੀ ਸੇਵਾ ਕਰਨ ਦੇ ਲਈ। ਤੁਸੀਂ ਦੇਖ ਸਕਦੇ ਹੋ ਫ੍ਰੀ ਦੇ ਵਿੱਚ ਕਿਸਾਨਾਂ ਦੀ ਇੱਥੇ ਸੇਵਾ ਕੀਤੀ ਜਾ ਰਹੀ ਆ। ਸਾਰੇ ਇੱਥੇ ਡਾਕਟਰ ਬੈਠੇ ਨੇ। ਕੱਲ੍ਹ ਰਾਤ ਆਏ ਸੀਗੇ ਜੀ, ਸਾਨੂੰ ਪਤਾ ਲੱਗਾ ਸੀ ਇੱਥੇ ਸਿਚੁਏਸ਼ਨ ਖਰਾਬ ਹੈ ਜੀ। ਉਸ ਸਿਲਸਿਲੇ 'ਚ ਅਸੀਂ ਸਾਰਾ ਅਰੇਂਜਮੈਂਟ ਕਰਕੇ ਆਏ ਹਾਂ, ਸਾਡੇ ਕੋਲ ਸਾਰਾ ਅਰੇਂਜਮੈਂਟ ਆ, ਕਿਸੇ ਤਰ੍ਹਾਂ ਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਗੀ ਜੀ। ਕੋਈ ਕਿਸੇ ਨੂੰ ਸਟਿਚ ਦੀ ਲੋੜ ਆ, ਕੋਈ ਕਿਸੇ ਨੂੰ ਮੈਡੀਸਨ ਦੀ ਲੋੜ ਆ, ਸਾਡੇ ਕੋਲ ਸਾਰੀ ਪ੍ਰੋਵਾਈਡ ਹੈਗਾ ਸਾਰਾ ਕੁਝ ਜੀ। ਪੁਲਿਸ ਦੇ ਵੱਲੋਂ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਨੇ, ਕਿੰਨੇ ਕੁ ਜ਼ਖਮੀ ਹੋਏ ਨੇ? ਗਿਣਤੀ ਬ੍ਰਦਰ ਸਵੇਰ ਦੀ ਕੋਈ ਗਿਣਤੀ ਨਹੀਂ ਗੀ ਜੀ। ਫਿਰ ਵੀ ਅਪਰੋਕਸੀਮੇਟਲੀ 100 ਕੁ ਬੰਦਾ ਤਾਂ ਸਾਡੇ ਤੋਂ ਸਵੇਰ ਦੀ ਸਟਿਚਿੰਗ ਕਰਵਾ ਚੁੱਕਾ ਆ, ਕੋਈ ਆਪਣੇ ਪੱਟੀਆਂ ਕਰਾ ਚੁੱਕਾ ਆ, ਕੋਈ ਟਾਂਕੇ ਲਵਾ ਚੁੱਕਾ। ਅਤੇ ਉਹੀ ਪਤੰਗਾਂ ਨੇ ਜਿਸ ਦੇ ਨਾਲ ਕਿ ਕੱਲ੍ਹ ਜਿਹੜੇ ਡਰੋਨ ਨੇ, ਪੁਲਿਸ ਦੇ ਵੱਲੋਂ ਡਰੋਨ ਉਡਾਏ ਜਾ ਰਹੇ ਸਨ, ਉਹਨਾਂ ਦੇ ਉਹਨਾਂ ਨੂੰ ਫੜਨ ਦੇ ਲਈ ਕਿਸਾਨਾਂ ਦੇ ਵੱਲੋਂ ਇੱਕ ਦੇਸੀ ਜੁਗਾੜ ਲਗਾਇਆ ਗਿਆ। ਪਤੰਗ ਆ, ਇਹ ਆਈਡੀਆ ਕਿੱਥੋਂ ਆਇਆ ਕਿਸਾਨਾਂ ਦੇ ਦਿਮਾਗ ਦੇ ਵਿੱਚ ਕਿ ਆਪਾਂ ਇੱਦਾਂ ਡਰੋਨਾਂ ਨੂੰ ਫੜ ਲਈਏ? ਯਾਰ, ਲੋੜ ਕਾਢ ਦੀ ਮਾਂ ਹੁੰਦੀ ਆ। ਜਦੋਂ ਆਪਾਂ ਨੂੰ ਲੋੜ ਹੁੰਦੀ ਫਿਰ ਉਹਦੀ ਕਾਢ ਮਾਂ ਹੀ ਹੁੰਦੀ ਹੈ। ਫਿਰ ਵੀ ਦੇਖ ਲੈ, ਕੋਈ ਨਾ ਕੋਈ ਤਰੀਕਾ ਪੰਜਾਬੀ ਲੱਭੇ ਲੈ ਕਰਦੇ। ਕਿੰਨੇ ਕੁ ਜਿਹੜੇ ਕੱਲ੍ਹ ਦੇ ਡਰੋਨ ਨੇ ਤੁਸੀਂ ਕੈਪਚਰ ਕਰ ਚੁੱਕੇ ਹੋ? ਇੱਕੋ ਹੀ ਕਰਿਆ ਭਾਜੀ, ਬਹੁਤ ਔਖਾ ਕਰਿਆ। ਕੱਲ੍ਹ ਭਾਜੜਾ ਪੈ ਗਿਆ ਹੋਣੀਆਂ ਜਦੋਂ ਕੋਈ ਡਰੋਨ, ਫਿਰ ਉਹ ਤਾਂ ਹੁੰਦੀ ਹੈ ਭਾਜੀ, 10 ਰੁਪਏ ਦੀ ਡੋਰ ਹੈ ਨਾ, 5-5 ਲੱਖ ਦਾ ਡਰੋਨ ਗਿਰ ਜਾਂਦਾ। ਵੀ ਡਰੋਨ ਆਇਆ, ਛੱਡਣਾ ਨਹੀਂ ਕਿਸਾਨਾਂ ਨੇ? ਨਾ, ਟਰਾਈ ਪੂਰੀ ਹੋਵੇਗੀ ਆਪਣੀ, ਤਿਆਰੀ ਖਿੱਚ ਲਈ। ਹੁਣ ਕਿੰਨੀਆਂ ਕੁ ਪਤੰਗਾਂ ਡਾਓਗੇ ਇੱਕੋ ਟਾਈਮ ਤੇ? ਇਹ ਨਹੀਂ, ਹੁਣ ਤਾਂ ਸ਼ੁਰੂ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ, ਤੁਸੀਂ ਜੁੜ ਚੁੱਕੇ ਹੋ ਟੀ ਵੀ NRI ਦੇ ਨਾਲ। ਇਸ ਵਕਤ ਅਸੀਂ ਸ਼ੰਭੂ ਬਾਰਡਰ ਵਿਖੇ ਮੌਜੂਦ ਹਾਂ, ਜਿੱਥੇ ਕਿ ਤੁਸੀਂ ਮੇਰੇ ਮਗਰ ਦੇਖ ਸਕਦੇ ਹੋ ਕਿਸਾਨਾਂ ਦਾ ਜਿਹੜਾ ਇਕੱਠ ਆ ਉਹ ਵੱਧਦਾ ਜਾ ਰਿਹਾ ਆ। ਕੱਲ੍ਹ ਵੀ ਜਿਹੜੇ ਕਿਸਾਨ ਨੇ, ਕੱਲ੍ਹ ਕਿਸਾਨਾਂ ਦੇ ਉੱਤੇ ਪੁਲਿਸ ਦੇ ਵੱਲੋਂ ਕਾਫੀ ਫਾਇਰ ਵੀ ਕੀਤੇ ਗਏ। ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਫਾਇਰ ਵੀ ਹੋਏ ਨੇ, ਕਈ ਕਿਸਾਨ ਜ਼ਖਮੀ ਵੀ ਹੋਏ ਨੇ। ਉੱਥੇ ਹੀ ਕਈ ਨੌਜਵਾਨ ਐਸੇ ਵੀ ਨੇ ਪੰਜਾਬ ਦੇ ਵਿੱਚ ਜਿਹੜੇ ਕਿ ਇੱਥੇ ਡਾਕਟਰ ਨੇ, ਜਿਹੜੇ ਪੰਜਾਬ ਦੇ, ਉਹ ਇੱਥੇ ਪਹੁੰਚੇ ਨੇ ਕਿਸਾਨਾਂ ਦੀ ਸੇਵਾ ਕਰਨ ਦੇ ਲਈ। ਤੁਸੀਂ ਦੇਖ ਸਕਦੇ ਹੋ ਫ੍ਰੀ ਦੇ ਵਿੱਚ ਕਿਸਾਨਾਂ ਦੀ ਇੱਥੇ ਸੇਵਾ ਕੀਤੀ ਜਾ ਰਹੀ ਆ। ਸਾਰੇ ਇੱਥੇ ਡਾਕਟਰ ਬੈਠੇ ਨੇ, ਅਸੀਂ ਇਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ। ਸਰ, ਇੱਥੇ ਕਿੰਨੀ ਦੇਰ ਤੋਂ ਇੱਥੇ ਤੁਸੀਂ ਮੌਜੂਦ ਹੋ? ਅਸੀਂ ਵੀਰੇ ਜੀ ਸਵੇਰ ਦੀ ਸੇਵਾ ਕਰ ਰਹੇ ਹਾਂ ਜੀ ਸੰਗਤ ਦੀ। ਅਸੀਂ ਕੱਲ੍ਹ ਰਾਤ ਆਏ ਸੀਗੇ ਜੀ, ਸਾਨੂੰ ਪਤਾ ਲੱਗਾ ਸੀ ਇੱਥੇ ਸਿਚੁਏਸ਼ਨ ਖਰਾਬ ਹੈ ਜੀ। ਉਸ ਸਿਲਸਿਲੇ 'ਚ ਅਸੀਂ ਸਾਰਾ ਅਰੇਂਜਮੈਂਟ ਕਰਕੇ ਆਏ ਹਾਂ, ਸਾਡੇ ਕੋਲ ਸਾਰਾ ਅਰੇਂਜਮੈਂਟ ਆ, ਕਿਸੇ ਤਰ੍ਹਾਂ ਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਗੀ ਜੀ। ਕੋਈ ਕਿਸੇ ਨੂੰ ਸਟਿਚ ਦੀ ਲੋੜ ਆ, ਕੋਈ ਕਿਸੇ ਨੂੰ ਮੈਡੀਸਨ ਦੀ ਲੋੜ ਆ, ਸਾਡੇ ਕੋਲ ਸਾਰੀ ਪ੍ਰੋਵਾਈਡ ਹੈਗਾ ਸਾਰਾ ਕੁਝ ਜੀ। ਕਿੰਨੇ ਕੁ ਕਿਸਾਨ ਕੱਲ੍ਹ ਜਿਹੜੇ ਪੁਲਿਸ ਦੇ ਵੱਲੋਂ ਕਿਹਾ, ਪੁਲਿਸ ਨੇ ਕਿਸਾਨ ਸਾਰਿਆਂ ਨੇ ਦੇਖਿਆ ਵਾ, ਵੀਡੀਓਜ਼ ਵੀ ਆਈਆਂ ਨੇ, ਕਈ ਕਿਸਾਨ ਜ਼ਖਮੀ ਹੋਏ ਨੇ, ਕਿੰਨੀ ਕੁ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਕੱਲ੍ਹ ਦੀ ਜਿਹੜੀ ਪੁਲਿਸ ਦੇ ਵੱਲੋਂ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਨੇ, ਕਿੰਨੇ ਕੁ ਜ਼ਖਮੀ ਹੋਏ ਨੇ? ਗਿਣਤੀ ਬ੍ਰਦਰ ਸਵੇਰ ਦੀ ਕੋਈ ਗਿਣਤੀ ਨਹੀਂ ਗੀ ਜੀ। ਫਿਰ ਵੀ ਅਪਰੋਕਸੀਮੇਟਲੀ 100 ਕੁ ਬੰਦਾ ਤਾਂ ਸਾਡੇ ਤੋਂ ਸਵੇਰ ਦੀ ਸਟਿਚਿੰਗ ਕਰਵਾ ਚੁੱਕਾ ਆ, ਕੋਈ ਆਪਣੇ ਪੱਟੀਆਂ ਕਰਾ ਚੁੱਕਾ ਆ, ਕੋਈ ਟਾਂਕੇ ਲਵਾ ਚੁੱਕਾ, ਜਾਣੀ ਕਿ ਅਲੱਗ ਅਲੱਗ ਤਰ੍ਹਾਂ ਦੇ ਪੇਸ਼ੈਂਟ ਆ ਰਹੇ ਆ, ਸਾਰਿਆਂ ਨੂੰ ਵਧੀਆ ਟ੍ਰੀਟਮੈਂਟ ਦੇ ਰਹੇ ਆ ਜੀ। ਪੁਲਿਸ ਦੀ ਜਿਹੜੀ ਕਾਰਵਾਈ ਕੀਤੀ ਗਈ ਪੁਲਿਸ ਦੇ ਵੱਲੋਂ, CRPF ਦੇ ਜਵਾਨਾਂ ਦੇ ਵੱਲੋਂ, ਉਹਦੇ ਵਿੱਚ ਕਿ ਬਜ਼ੁਰਗ ਵੀ ਜ਼ਿਆਦਾ ਜ਼ਖਮੀ ਹੋਏ ਨੇ? ਬਜ਼ੁਰਗ ਵੀ ਨੇ ਜੀ, ਸਾਰੇ ਤਰ੍ਹਾਂ ਦੇ ਆ ਰਹੇ ਨੇ ਮਰੀਜ਼ ਜੀ, ਉਹ ਆਪਣੀ ਡਿਊਟੀ ਕਰ ਰਹੇ ਨੇ, ਅਸੀਂ ਆਪਣੀ ਡਿਊਟੀ ਕਰ ਰਹੇ ਹਾਂ ਜੀ। ਹਾਂਜੀ, ਅਤੇ ਤੁਸੀਂ ਜਿਹੜੇ ਇਸ ਵਕਤ ਕਿਸਾਨ ਜਿਹੜੇ ਅੰਦੋਲਨ ਦੇ ਵਿੱਚ ਜਿਹੜੇ ਸਾਨੂੰ ਇਸ ਦੇਖ ਰਹੇ ਨੇ ਇਸ ਵਕਤ, ਉਹਨਾਂ ਨੂੰ ਕੀ ਸਲਾਹ ਦੇਣਾ ਚਾਹੋਗੇ, ਕੋਈ ਐਡਵਾਈਸ, ਹੈਲਥ ਐਡਵਾਈਸ ਦੇਣਾ ਚਾਹੋਗੇ ਅੰਦੋਲਨ ਦੇ ਦੌਰਾਨ? ਸਲਾਹ ਇਹੀ ਹੈ ਜੀ, ਬਸ ਆਪਣਾ ਧਿਆਨ ਰੱਖੋ ਜੀ, ਬਚ ਕੇ ਰਹੋ ਜਿੱਦਾਂ ਵੀ ਆ, ਆਪਣੀ ਟੇਕ ਕੇਅਰ ਕਰੋ ਜੀ, ਮੋਰਚਾ ਲੜੋ, ਸ਼ਾਂਤੀਮਈ ਢੰਗ ਨਾਲ ਲੜੋ ਜੀ। ਹਾਂਜੀ, ਆਪਣਾ ਖਿਆਲ ਵੀ ਰੱਖੋ ਨਾਲ ਨਾਲ, ਅਤੇ ਬਸ ਇਹੀ ਹੈ ਜੀ।
ਤੁਸੀਂ ਸੁਣ ਸਕਦੇ ਹੋ ਕਿ ਕਿਹਾ ਜਾ ਰਿਹਾ ਕਿ ਕਈ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਕੱਲ੍ਹ ਦੀ ਜਿਹੜੀ ਪੁਲਿਸ ਦੀ ਕਾਰਵਾਈ ਆ ਉਹਦੇ ਵਿੱਚ ਜ਼ਖਮੀ ਹੋਏ ਨੇ ਇਹਨਾਂ ਦੇ ਵੱਲੋਂ ਮੌਕੇ 'ਤੇ ਹਰ ਇੱਕ ਤਰ੍ਹਾਂ ਦੀ ਸਟਿਚਿਜ਼ ਤੋਂ ਲੈ ਕੇ ਹਰ ਇੱਕ ਟਾਂਕਿਆਂ ਤੋਂ ਲੈ ਕੇ ਹਰ ਇੱਕ ਤਰ੍ਹਾਂ ਦੇ ਐਂਬੂਲੈਂਸ ਵੀ ਤੁਸੀਂ ਦੇਖ ਸਕਦੇ ਹੋ ਹੈਗੀ ਆ, ਕੋਈ ਐਮਰਜੈਂਸੀ ਵੀ ਪਵੇ ਤਾਂ ਉਸੇ ਵੇਲੇ ਹਸਪਤਾਲ ਲੈ ਕੇ ਜਾਇਆ ਜਾਊਗਾ। ਉਹੀ ਪਤੰਗਾਂ ਨੇ ਜਿਸ ਦੇ ਨਾਲ ਕਿ ਕੱਲ੍ਹ ਜਿਹੜੇ ਡਰੋਨ ਨੇ ਪੁਲਿਸ ਦੇ ਵੱਲੋਂ ਡਰੋਨ ਉਡਾਏ ਜਾ ਰਹੇ ਸਨ ਉਹਨਾਂ ਦੇ ਉਹਨਾਂ ਨੂੰ ਫੜਨ ਦੇ ਲਈ ਕਿਸਾਨਾਂ ਦੇ ਵੱਲੋਂ ਇੱਕ ਦੇਸੀ ਜੁਗਾੜ ਲਗਾਇਆ ਗਿਆ ਸੀ। ਅਸੀਂ ਗੱਲ ਕਰਾਂਗੇ ਹੁਣੇ ਕਿਸਾਨ ਭਾਜੀ ਇਹ ਜਿਹੜੀ ਤੁਸੀਂ ਪਤੰਗ ਆ ਇਹ ਆਈਡੀਆ ਕਿੱਥੋਂ ਆਇਆ ਕਿਸਾਨਾਂ ਦੇ ਦਿਮਾਗ ਦੇ ਵਿੱਚ ਕਿ ਆਪਾਂ ਇੱਦਾਂ ਡਰੋਨਾਂ ਨੂੰ ਫੜ ਲਈਏ? ਯਾਰ ਲੋੜ ਕਾਢ ਦੀ ਮਾਂ ਹੁੰਦੀ ਆ, ਹੈ ਨਾ, ਜਦੋਂ ਆਪਾਂ ਨੂੰ ਲੋੜ ਹੁੰਦੀ ਫਿਰ ਉਹਦੀ ਕਾਢ ਮਾਂ ਹੁੰਦੀ ਹੈ, ਫਿਰ ਵੀ ਦੇਖ ਲੈ ਕੋਈ ਨਾ ਕੋਈ ਤਰੀਕਾ ਪੰਜਾਬੀ ਲੱਭੇ ਲੈ ਕਰਦੇ। ਕਿੰਨੇ ਕੁ ਜਿਹੜੇ ਕੱਲ੍ਹ ਦੇ ਡਰੋਨ ਨੇ ਤੁਸੀਂ ਕੈਪਚਰ ਕਰ ਚੁੱਕੇ ਹੋ? ਇੱਕੋ ਹੀ ਕਰਿਆ ਭਾਜੀ, ਬਹੁਤ ਔਖਾ ਕਰਿਆ। ਕੱਲ੍ਹ ਭਾਜੜਾ ਪੈ ਗਿਆ ਹੋਣੀਆਂ ਜਦੋਂ ਡਰੋਨ, ਫਿਰ ਉਹ ਤਾਂ ਹੁੰਦੀ ਹੈ ਭਾਜੀ, 10 ਰੁਪਏ ਦੀ ਡੋਰ ਹੈ ਨਾ ਜੀ, 5-5 ਲੱਖ ਦਾ ਡਰੋਨ ਗਿਰ ਜਾਂਦਾ। ਤੁਸੀਂ ਸੁਣ ਸਕਦੇ ਹੋ ਭਾਜੀ ਦਾ ਕਹਿਣਾ ਕਿ 10 ਰੁਪਏ ਦੀ ਗੱਡੀ ਦੇ ਪਿੱਛੇ ਆਪਾਂ 5 ਲੱਖ ਰੁਪਏ ਦਾ ਡਰੋਨ, ਤੇ ਕੀ ਹੁਣ ਅੱਗੇ ਦੀ ਅੱਜ ਵੀ ਪੂਰੀ ਜੇ ਇੱਕ ਵੀ ਡਰੋਨ ਆਇਆ ਛੱਡਣਾ ਨੀ ਕਿਸਾਨਾਂ ਨੇ? ਟਰਾਈ ਪੂਰੀ ਹੋਵੇਗੀ ਆਪਣੀ, ਪੂਰੀ ਤਿਆਰੀ ਖਿੱਚ ਲਈ। ਹੁਣ ਕਿੰਨੀਆਂ ਕੁ ਪਤੰਗਾਂ ਡਾਓਗੇ ਇੱਕੋ ਟਾਈਮ ਤੇ? ਨਹੀਂ ਨਹੀਂ ਹੁਣ ਤਾਂ ਸ਼ੁਰੂ ਕਰਦੇ ਆ ਜੀ, ਦੇਖ ਸਕਦੇ ਹੋ ਪਤੰਗਬਾਜ਼ੀ ਵੀ ਆਪਾਂ ਕਹਿ ਸਕਦੇ ਹਾਂ, ਅੰਦੋਲਨ ਤੇ ਇਸ ਵਕਤ ਸ਼ੁਰੂ ਹੋ ਚੁੱਕੀ ਹੈ ਕਿ ਕਿਸਾਨ ਪਤੰਗਾਂ ਦੇ ਨਾਲ ਜਿਹੜੇ ਡਰੋਨ ਨੇ ਉਹ ਕੈਪਚਰ ਕਰ ਰਹੇ ਨੇ, ਡਰੋਨ ਫੜ ਰਹੇ ਨੇ। ਉਹਨਾਂ ਦਾ ਕਹਿਣਾ ਕਿ ਇੱਕ ਵੀ ਡਰੋਨ ਜਿਹੜਾ ਆ ਅੱਜ ਉਹ ਜਾਣ ਨਹੀਂ ਦਿੱਤਾ ਜਾਊਗਾ। 10 ਰੁਪਏ ਦੀ ਪਤੰਗ ਦੇ ਨਾਲ ਜਿਹੜਾ 5 ਲੱਖ ਰੁਪਏ ਦਾ ਡਰੋਨ ਆ ਉਹ ਕਿਸਾਨ ਫੜ ਰਹੇ ਨੇ, ਅਤੇ ਸਰਕਾਰ ਨੂੰ ਜਿਹੜਾ ਆ ਉਹ ਡਰੋਨਾਂ ਦੀ ਹੁਣ ਦੇਖ ਸਕਦੇ ਅੱਗੇ ਨਾਲੋਂ ਕਾਫੀ ਘੱਟ ਤਾਦਾਦ ਦੇ ਵਿੱਚ ਡਰੋਨ ਉੱਡ ਰਹੇ ਨੇ, ਕਿਉਂਕਿ ਪਹਿਲਾਂ ਤਾਂ ਡਰੋਨ ਉੱਡ ਰਹੇ ਸਨ, ਕਿਸਾਨ ਕੁਝ ਕਰ ਵੀ ਰਹੇ ਸਨ, ਕਰ ਵੀ ਪਾ ਨਹੀਂ ਰਹੇ ਸਨ ਕੁਝ ਵੀ, ਅਤੇ ਕਿਸਾਨਾਂ ਨੇ ਹੁਣ ਇੱਕ ਕੱਲ੍ਹ ਦਾ ਹੀ ਇੱਕ ਜੁਗਾੜ ਦੇਸੀ ਲੱਭਿਆ ਹੋਇਆ, ਗੁੱਡੀਆਂ ਡਾ ਕੇ ਡਰੋਨ ਫੜ ਲੈਂਦੇ ਨੇ, ਅਤੇ ਜਿਸ ਦੇ ਕਾਰਨ ਉਹਨਾਂ ਨੇ ਵੀ ਆ ਪ੍ਰਸ਼ਾਸਨ ਨੇ ਜਿਹੜਾ ਡਰੋਨ ਆ ਉਹ ਚਲਾਉਣਾ ਘੱਟ ਕਰ ਦਿੱਤਾ ਹੋਇਆ। ਕੈਮਰਾਮੈਨ ਮਨਦੀਪ ਦੇ ਨਾਲ ਵਿਕਰਮ ਸਹਿਜਪਾਲ ਦਾ, TV NRI।